ਨਿਆਣੇ ਹੁੰਦੇ ਨਾ ਆਪਾਂ ਇੱਕ ਖੇਡ ਸਾਰੇ ਹੀ ਖੇਡਦੇ ਰਹੇ ਹਾਂ ਕਿ ਕਦੇ ਵਿਹਲੇ ਹੋਣਾ, ਅਸਮਾਨ ਵੱਲ ਨੂੰ ਤੱਕਣਾ, ਬੱਦਲਾਂ 'ਚੋਂ ਅਕਿਰਤੀਆਂ ਬਣਾਉਣੀਆਂ, ਕਦੇ ਹਾਥੀ ਦਿਸਣਾ, ਕਦੇ ਘੋੜੇ ਦਿਸਣੇ, ਕਦੇ ਕੁੱਤੇ ਦਿਸਣੇ, ਅਤੇ ਕਦੇ ਜੋ ਅਸੀਂ ਸੋਚਿਆ ਹੁੰਦਾ ਸੀ ਉਹ ਦਿਸਣਾ। ਪਰ ਆਪਣੀ ਅੰਦਰਲੀ ਕਲਾ ਨੂੰ ਲੋਕਾਂ ਨੂੰ ਦਿਖਾਉਣਾ ਵੀ ਇੱਕ ਵੱਡੀ ਕਲਾ ਹੁੰਦੀ ਆ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਕਲਾਕਾਰ ਜੋ ਤੁਹਾਡੇ ਆਲੇ ਦੁਆਲੇ ਪਏ ਪੱਥਰਾਂ ਲੱਕੜਾਂ ਦੇ ਵਿੱਚ ਜਾਨ ਪਾ ਕੇ ਹੂ ਬਹੂ ਤੁਹਾਡੇ ਪੇਸ਼ ਕਰ ਦਿੰਦਾ ਸਾਹਮਣੇ। ਸਤਿ ਸ਼੍ਰੀ ਅਕਾਲ ਵੀ ਦਰਸ਼ਕੋ, ਅੱਜ ਨਾ ਫਿਰ ਬੇਸ਼ਕੀਮਤੀ ਚੀਜ਼ਾਂ ਦਿਖਾਉਣੀਆਂ, ਕਹਿ ਲਓ ਕਿ ਨਾ ਅੱਜ ਪੱਥਰ ਦੀਆਂ ਬੜੀਆਂ ਹੋਈਆਂ, ਪੱਥਰ ਦੇ ਉੱਤੇ ਕਿਵੇਂ ਆ ਜਾਨ ਪਾਈ ਜਾਂਦੀ ਆ। ਅੱਜ ਤੁਹਾਨੂੰ ਪੱਥਰਾਂ ਦੇ ਵਿੱਚ ਜਾਨ ਪੈਂਦੀ ਦਿਖਾਉਣੀ ਆ, ਅਤੇ ਪੱਥਰਾਂ ਦੇ ਨਾਲ ਨਾਲ ਲੱਕੜ ਨੂੰ ਕਿਵੇਂ ਖੂਬਸੂਰਤ ਬਣਾਇਆ ਜਾ ਸਕਦਾ। ਅਤੇ ਸਾਡੇ ਨਾਲ ਹੋਣਗੇ ਬਾਈ ਜੀ ਪਰਮਜੀਤ ਸਿੰਘ ਜੀ ਕੜਿਆਲ, ਅਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ। ਅੰਕਲ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਨਾ, ਤੁਸੀਂ ਬੇਸ਼ਕੀਮਤੀ ਸੇਵਾ ਕਰ ਰਹੇ ਹੋ, ਹੈ ਨਾ। ਅਤੇ ਇੱਕ ਮੈਂ ਵੱਡੀ ਗੱਲ ਤੁਹਾਡੀ ਦੇਖੀ ਸੇਵਾ ਦੇ ਵਿੱਚ, ਵੀ ਆਮ ਲੱਕੜਾਂ ਹੁੰਦੀਆਂ ਪਈਆਂ, ਤੁਸੀਂ ਚੱਕ ਕੇ ਉਹਨਾਂ 'ਚ ਜਾਨ ਪਾ ਦਿੰਦੇ ਹੋ। ਤੇ ਆਮ ਮੈਂ ਘਰਾਂ 'ਚ ਦੇਖਿਆ ਵੀ ਵਾਧੂ ਲੱਕੜ ਪਈ ਹੋਵੇ, ਚੱਕ ਵੀ ਸਾਗ ਵਾਲੀ ਬਚੇ, ਚੁੱਲ੍ਹੇ ਦੇ ਡਾਹ ਦੇ ਉੱਤੇ ਮਚਾ ਕੇ ਪਰੇ ਕਰੋ। ਤੇ ਤੁਹਾਡੇ ਨੀ ਕਦੇ ਕਿਸੇ ਨੇ ਕਦੇ ਕਿਹਾ ਵੀ ਕਈ ਯਾਰ ਆ ਲੱਕੜਾਂ ਵਾਧੂ ਇਕੱਠੀਆਂ ਕੀਤੀਆਂ ਪਈਆਂ? ਨਹੀਂ ਵੇਖੋ ਜੀ, ਪਹਿਲਾਂ ਤਾਂ ਇਹ ਸਮੱਸਿਆ ਆਉਂਦੀ ਹੈ ਜੀ, ਆਮ ਹੋਰਨਾਂ ਨੂੰ ਵੀ ਆਉਂਦੀ ਸੀ, ਮੈਨੂੰ ਆਈ ਸੀ ਜਦੋਂ ਸ਼ੁਰੂ ਕਰਨ ਲੱਗੇ ਨਾ ਜੀ। ਬਟ ਇਹ ਹੁਣੇ ਜਿੱਡੀ ਆਈਟਮ ਬਣੀ, ਇਹਦੇ ਨਾਲ ਹੋਰ ਬਹੁਤ ਸਾਰੀਆਂ ਫਾਂਗਾਂ ਹੁੰਦੀਆਂ, ਪਾਸੇ ਟਾਹਣੀਆਂ ਹੁੰਦੀਆਂ, ਜਦੋਂ ਲੈ ਆਉਣਾ ਹੁਣ ਆਪਾਂ ਝਾੜੂ ਪੋਚਾ ਲਾਇਆ ਤੇ ਆਪਾਂ ਬਹਿ ਜਾਣਾ ਤੇ ਇਹਦੇ ਪੱਤੇ ਖਿਲਣੇ ਛੋਟੀ ਜਿਹੀ ਲੱਕੜ ਪਿੱਛੇ, ਹੈ ਨਾ। ਉਦੋਂ ਘਰੇ ਹੁੰਦਾ ਵੀ ਚੱਲ ਆਪਾਂ ਇੱਕ ਦਿਨ ਹੋਇਆ, ਦੋ ਦਿਨ ਹੋਇਆ, ਜਦੋਂ ਮੇਰਾ ਸੂਤ ਲੱਗਣਾ ਮੈਂ ਚੱਕ ਕੇ ਟਾਹਣਾ ਚੱਕੀ ਆਉਣਾ। ਤੇ ਪਰ ਫਿਰ ਜਦੋਂ ਆਹ ਚੀਜ਼ਾਂ ਬਣਨ ਲੱਗ ਗਈਆਂ, ਫਿਰ ਬੱਚਿਆਂ ਨੂੰ ਇਹ 'ਚ ਰੁਚੀ ਹੋਣ ਲੱਗ ਗਈ, ਫਿਰ ਜਦੋਂ ਰਿਸ਼ਤੇਦਾਰ ਜਾਂ ਕੋਈ ਆਇਆ ਗਿਆ ਵੇਖਣ ਆਉਣ ਲੱਗ ਗਿਆ, ਫਿਰ ਥੋੜ੍ਹੀ ਜਿਹੀ ਦਿਲਚਸਪੀ ਮੇਰੀ ਤਾਂ ਵਧੀ ਗਈ ਸੀਗੀ, ਫਿਰ ਬੱਚਿਆਂ ਦੀ ਵੀ ਹੋ ਗਈ, ਫਿਰ ਜਾਣੀ ਉਹਨਾਂ ਨੂੰ ਇਹ ਚਾਅ ਜਿਹਾ ਹੋ ਗਿਆ ਵੀ ਚੱਲ ਇਹ ਚੀਜ਼ਾਂ ਬਣਾਉਂਦੇ ਆ ਤੇ ਸੋਹਣੀਆਂ ਲੱਗਦੀਆਂ। ਫਿਰ ਇਸ ਤਰ੍ਹਾਂ ਜਦੋਂ ਮਿਊਜ਼ੀਅਮ ਬਣ ਗਿਆ ਤੇ ਫਿਰ ਉਹਨਾਂ ਨੂੰ ਹੋ ਗਿਆ। ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇਹ ਕੰਮ ਕਰਦਿਆਂ ਨੂੰ? ਸਾਲ ਤਾਂ ਲਗਭਗ 15 ਕੁ ਹੋ ਗਿਆ ਜੀ ਇਸ ਕੰਮ 'ਚ। ਮਤਲਬ ਇਹ ਚੀਜ਼ ਨੂੰ ਜਣ ਕਹਿ ਲਓ ਕਿ ਇੱਥੋਂ ਤੱਕ ਲੈ ਕੇ ਆਉਣ 'ਚ 15 ਸਾਲ ਲੱਗ ਗਏ? ਹਾਂਜੀ, ਉਹ ਵਧਿਆ ਸੀ, ਮੈਂ ਕੜਿਆਲ ਕੋਆਪਰੇਟਿਵ ਸੋਸਾਇਟੀ ਦੇ ਵਿੱਚ ਨਾ ਮੁਲਾਜ਼ਮ ਸੀਗਾ ਜੀ, ਇਹਦਾ ਸੇਲਜ਼ਮੈਨ ਸੀ, ਤੇ ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ ਜੀ, ਟਾਈਮ ਮੇਰੇ ਕੋਲ ਐਤਵਾਰ ਤੇ ਜਾਂ ਕੋਈ ਸਰਕਾਰੀ ਛੁੱਟੀ ਤੇ ਹੁੰਦਾ ਸੀ ਜੀ। ਤੇ ਹੁਣ ਐਤਵਾਰ ਤੋਂ ਬਿਨਾਂ ਜੇ ਕੋਈ ਘਰੇਲੂ ਕੰਮ ਆ ਜਾਣ ਤਾਂ ਉਹ ਵੀ ਲੰਘ ਜਾਣਾ, ਇਸ ਕਰਕੇ ਮੈਨੂੰ ਸਮਾਂ ਇਸ ਕਰਕੇ ਜ਼ਿਆਦਾ ਲੱਗਿਆ ਜੀ। ਹੁਣ ਮੈਂ ਪਿਛਲੇ ਸਾਲ ਰਿਟਾਇਰ ਹੋ ਗਿਆ ਸੀਗਾ, ਹੁਣ ਜਿੰਨਾ ਮਰਜ਼ੀ ਬਣਾਈ ਜਾਵਾਂ, ਮੈਨੂੰ ਸਮਾਨ ਮਿਲ ਜਾਵੇ, ਗਾਹ ਸਾਨੂੰ ਲੈ ਵੀ ਜਾਵਾਂ ਜੀ। ਤੇ ਹੁਣ ਮੈਂ ਦੇਖਦਾ ਹੁੰਦਾ ਵੀ ਜੇ ਮੁਲਾਜ਼ਮ ਬੰਦੇ ਹੁੰਦੇ ਆ ਨਾ ਰਿਟਾਇਰਮੈਂਟ ਤੋਂ ਬਾਅਦ, ਕਹਿ ਲਓ ਕਿ ਬਸ ਸਧਾਰਨ ਜੀ ਜ਼ਿੰਦਗੀ ਜਿਉਂਦੇ ਆ, ਕੋਈ ਖਾਸ ਐਕਟੀਵਿਟੀ ਨਹੀਂ ਕਰਦੇ ਜਾਂ ਵੱਧ ਤੋਂ ਵੱਧ ਖੇਤ ਗੇੜਾ ਮਾਰੇ ਹੋਣਗੇ, ਤੇ ਤੁਸੀਂ ਤੁਹਾਨੂੰ ਇਹ ਮਨ 'ਚ ਖਿਆਲ ਕਿਵੇਂ ਆਇਆ ਵੀ ਆਪਾਂ ਪੱਥਰਾਂ 'ਚ ਵੀ ਜਾਨ ਪਾਉਣ ਦਾ ਕੰਮ ਕਰ ਦੇਣਾ? ਕੁਦਰਤੀ ਹੁੰਦਾ ਵੀ ਕੁਦਰਤ ਨੂੰ ਵੀ, ਮੈਨੂੰ ਨਾ ਜਿਵੇਂ ਸਾਡਾ ਖੇਤ ਦੂਰ ਸੀ ਤੇ ਜਦੋਂ ਸਾਰਿਆਂ ਨੇ ਆ ਜਾਣਾ, ਮੈਂ ਉੱਥੇ ਰਾਤਾਂ 15-15 ਦਿਨ ਲਗਾਤਾਰ ਵੀ ਰਾਤਾਂ ਰਹਿੰਦਾ ਰਿਹਾ ਆਪਣੇ ਖੇਤ ਦੇ ਵਿੱਚ ਜੀ, ਮੇਰਾ ਰੋਟੀ ਪਾਣੀ ਨੇ ਫੜਾਇਆ ਹੋਣਾ। ਉਦੋਂ ਜਦੋਂ ਲੋਕੀ ਨਾ ਕੱਢਦੇ ਸੀਗੇ, ਕਣਕਾਂ ਕੱਢਦੇ ਸੀ, 15-15 ਦਿਨ 20-20 ਦਿਨ ਕਰਦੇ, ਜਾਣੀ ਮਹੀਨਾ ਮਹੀਨਾ ਵੀ ਲੱਗ ਜਾਂਦਾ ਸੀਗਾ ਜੀ। ਤੇ ਜਦੋਂ ਇਕੱਲੇ ਹੋਣਾ, ਫਿਰ ਕੁਦਰਤਾਂ ਨੇ ਮੇਰਾ ਥੋੜਾ ਝੁਕਾ ਜਿਹਾ ਵੱਧ ਹੋ ਗਿਆ। ਉਦੋਂ ਥੋੜਾ ਜਮਾਨਾ ਇਸ ਤਰ੍ਹਾਂ ਸੀ, ਤਿੱਤਰ ਤੁੱਤਰ ਵਿੱਚ ਬਥੇਰੇ ਸੀ, ਸਹੇ ਵੀ ਹੁੰਦੇ ਸੀ, ਕੋਈ ਹੋਰ ਜਾਨਵਰ ਹੀ ਹੁੰਦੇ, ਉਹਨਾਂ ਨੇ ਵੇਹਦੇ ਰਹਿਣਾ ਵੀ ਕਿੰਨੀ ਸੋਹਣੀ ਆਵਾਜ਼ ਆ, ਕਿੰਨਾ ਕੁਦਰਤ ਨੇ ਸੁਹਾਪਣ ਦਿੱਤਾ। ਬਸ ਉਹ ਤੋਂ ਥੋੜਾ ਜਿਹਾ ਮੇਰਾ ਨਾ ਧਿਆਨ ਇੱਧਰ ਹੋ ਗਿਆ। ਤੇ ਮੈਂ ਨਾ ਦੋ ਤਿੰਨ ਗੱਲਾਂ ਤੁਹਾਡੀਆਂ ਦੇਖੀਆਂ, ਜੋ ਤੁਹਾਡੇ ਦਰਸ਼ਕ, ਮੈਂ ਨਾ ਮਿਊਜ਼ੀਅਮ 'ਚ ਜਦੋਂ ਆਇਆ ਨਾ, ਮੈਨੂੰ ਇਉਂ ਮਹਿਸੂਸ ਹੋਇਆ ਵੀ ਕੁਦਰਤ ਦੇ ਜਿਹੜੇ ਵੀ ਪੰਛੀ ਅਲੋਪ ਹੋ ਚੁੱਕੇ ਆ, ਉਹਨਾਂ ਦੇ ਨਮੂਨੇ ਇੱਥੇ ਪਏ। ਇਹਦੇ ਵਿੱਚ ਕਿਵੇਂ ਵੀ ਖਿਆਲ ਕੁਦਰਤ ਦੇ ਵਿੱਚ ਤੁਸੀਂ ਇਹ 4-5 ਗੱਲਾਂ ਦੀ ਜ਼ਿਆਦਾ ਤਾਂ ਕਹਿੰਦਾ ਪੰਛੀ ਤੁਹਾਡੇ ਕੋਲ ਜ਼ਿਆਦਾ, ਹੈ ਨਾ, ਤੇ ਕੁਝ ਜਾਨਵਰਾਂ ਦੇ ਤੁਸੀਂ ਨਮੂਨੇ ਬਣਾਏ ਆ, ਤੇ ਉਹਨਾਂ ਦੇ ਨਾਲ ਨਾਲ ਕੁਝ ਸੰਦੇਸ਼ ਵੀ ਨੇ ਔਰਤ ਦੀ ਜੋ ਅੰਦਰਲੀ ਦਸ਼ਾ ਨੂੰ ਤੁਸੀਂ ਬਿਆਨ ਕੀਤਾ। ਤੇ ਇਹਦੇ ਬਿਨਾਂ ਹੋਰ ਕਿਹੜੇ ਕਿਹੜੇ ਤੁਸੀਂ ਵਿਸ਼ੇ ਜਾਂ ਇਹਨਾਂ ਤੇ ਕਿਉਂ ਜ਼ਿਆਦਾ ਫੋਕਸ ਕੀਤਾ ਤੁਸੀਂ?
ਇੱਕ ਤਾਂ ਇਹ ਜਿਹੜੀ ਕੁਦਰਤੀ ਚੀਜ਼ ਮੈਨੂੰ ਮਿਲ ਜੇ, ਭਾਵੇਂ ਕਿਸ ਤਰ੍ਹਾਂ ਮਿਲ ਜੇ, ਚਾਹੇ ਚਾਰ ਪੈਰਾਂ ਵਾਲਾ ਕੋਈ ਜਾਨਵਰ ਹੈ, ਚਾਹੇ ਉਦੋਂ ਬਿਨਾਂ ਪੈਰਾਂ ਤੋਂ ਜਿਵੇਂ ਸੱਪ ਹੈ, ਜਾਂ ਕੁਛ ਵੀ ਮਿਲ ਜੇ, ਉਹ ਮੈਨੂੰ ਚੀਜ਼ ਮਿਲੀ ਤੇ ਹੈ, ਕੋਈ ਚੀਜ਼ ਵੱਧ ਤੌਰ ਤੇ ਮਿਲ ਜਾਂਦੀ ਹੈ। ਤੇ ਦੂਜਾ ਇਹ ਹੈ ਵੀ ਜਿਹੜੀਆਂ ਚੀਜ਼ਾਂ ਲੋਪ ਹੋ ਗਈਆਂ ਉਹਦੇ ਵਾਸਤੇ ਮੈਨੂੰ ਖਾਸ ਦਿਲਚਸਪੀ ਹੁੰਦੀ ਹੈ ਵੀ ਬੱਚਿਆਂ ਨੂੰ ਹੁਣ ਆਪਾਂ ਦੱਸਾਂ ਕਿਵੇਂ। ਹੁਣ ਸਾਡੇ ਪਿੰਡ ਮੋਰ ਇੰਨੇ ਹੁੰਦੇ ਸੀਗੇ ਵੀ ਘਰਾਂ ਦੇ ਵਿੱਚ ਆਮ ਹੀ ਪਹਿਲਾਂ ਪਾਉਂਦੇ ਰਹਿਣਾ ਜਦੋਂ ਅਸੀਂ ਨਿੱਕੇ ਹੁੰਦੇ ਸੀ, ਫਿਰ ਭੱਜ ਕੇ ਅਸੀਂ ਉਹਨਾਂ ਨੇ ਜਦੋਂ ਖੰਭ ਝਾੜਨੇ, ਖੰਭ ਡਿੱਗਣਾ ਤੇ ਅਸੀਂ ਵੇਹਦੇ ਰਹਿਣਾ ਤੇ ਭੱਜ ਕੇ ਚੱਕਣਾ, ਉਹਨੂੰ ਕਿਤਾਬ ਚ ਰੱਖਣਾ, ਵੀ ਵਿਦਿਆ ਪੜ੍ਹਾਈ ਵਾਧਾ ਹੁੰਦੀ ਜਾਣੀ। ਤੇ ਹੁਣ ਮੇਰੀਆਂ ਮੋਰਾਂ ਦੀਆਂ ਵੀ ਚਾਰ ਪੰਜ ਆਈਟਮਾਂ ਇਸ ਤਰ੍ਹਾਂ ਬਣਾਈਆਂ, ਇਸ ਤਰ੍ਹਾਂ ਹੁਣ ਜਿਵੇਂ ਆਪਣਾ ਗਹਿਣਿਆਂ ਘੋਗੜਾ ਮੋਰ ਨੇ ਸਾਰੇ ਇਸ ਤਰ੍ਹਾਂ ਲੋਕ ਹੋਈ ਜਾਂਦੇ ਆ, ਉਹ ਥੋੜੀ ਖਿੱਚੀ ਜ਼ਿਆਦਾ ਹੁੰਦੀ ਬੱਚਿਆਂ ਨੂੰ ਦਿਖਾਵਾਂਗੇ। ਤੇ ਜਿਵੇਂ ਨਾ ਇੱਕ ਮੈਨੂੰ ਇਹਦੇ ਮੂਰਤਾਂ ਦੇ ਵਿੱਚੋਂ ਦੇਖੋ ਇਨਕਲਾਬ ਹੁੰਦਾ ਨਾ, ਕੱਲੇ ਅੱਖਰ ਲਿਖ ਕੇ ਨੀ ਜਾਂ ਸਟੇਜਾਂ ਤੇ ਬੋਲ ਕੇ ਨੀ ਹੁੰਦਾ, ਤੁਹਾਡੀਆਂ ਕਲਾਕਿਰਤੀਆਂ ਚ ਵੀ ਇਨਕਲਾਬ ਨਜ਼ਰ ਆਉਂਦਾ ਕਿਤੇ ਨਾ ਕਿਤੇ। ਇੱਕ ਨਾ ਤੁਹਾਡੀ ਉੱਪਰ ਤਸਵੀਰ ਬਣਾਈ ਹੋਈ ਕਲਾਕਿਰਤੀ ਦਰਸ਼ਕ ਸਕਰੀਨ ਤੇ ਦੇਖ ਰਹੇ ਹੋਣਗੇ ਵੀ ਕਿਵੇਂ ਇੱਕ ਭ੍ਰਿਸ਼ਟਾਚਾਰ ਆਮ ਬੰਦੇ ਨੂੰ ਖਾ ਰਿਹਾ, ਇੱਕ ਕਹਿ ਲਓ ਕਿ ਉਹ ਮਗਰਮੱਛ ਜਾਂ ਵੱਡੀ ਮੱਛੀ ਲਾ ਲਓ ਉਹ ਛੋਟੀ ਨੂੰ ਖਾ ਰਹੀ ਆ ਹਨਾ, ਤੇ ਇਹ ਜਿਹੇ ਕਨਸੈਪਟ ਵੀ ਕਿਤੇ ਨਾ ਕਿਤੇ ਤੁਹਾਡੇ ਅੰਦਰ ਵੱਲ ਵੇਲੇ ਬਣਦੇ ਹੋਣਗੇ ਕਿਹਨੇ ਸਮਾਜ ਨੂੰ ਲੈ ਕੇ। ਇਹ ਹੈਗੇ ਜੀ ਸਾਡੇ ਤਾਂ ਮਤਲਬ ਨਾ ਪੀੜ੍ਹੀ ਦਰ ਪੀੜ੍ਹੀ ਵਾਲੀ ਕਹਿ ਦੀਏ ਜਾਂ ਵਿਰਾਸਤ ਹੀ ਕਹਿ ਦੀਏ, ਜਿਹੜਾ ਮੇਰਾ ਦਾਦਾ ਮਿਲਖਾ ਸਿੰਘ ਸੀ ਇੱਧਰਲੇ ਪਾਸੇ ਉਹਨਾਂ ਦੀਆਂ ਵੀ ਜੀਵਨੀ ਵੀ ਲਿਖੀ ਆਈ ਆ, ਉਹਨਾਂ ਦੀਆਂ ਕਵਿਤਾਵਾਂ ਮੇਰੇ ਕੋਲ 8-7 ਛਪੀਆਂ ਹੋਈਆਂ ਪਈਆਂ। ਅੱਛਾ ਜੀ। ਤੇ ਉਹ ਇੰਨੇ ਚਿਰ ਦੀਆਂ ਮਤਲਬ ਜਦੋਂ ਮੇਰਾ ਬਾਪ ਵੀ 5-4 ਮਹੀਨੇ ਦੀ ਸੀ ਉਹਨਾਂ ਦੀ ਮੌਤ ਹੋ ਗਈ ਸੀਗੀ। ਅੱਛਾ ਜੀ। ਉਹ ਤੁਹਾਨੂੰ ਪੜ੍ਹਾਈ ਤੁਸੀਂ ਉਹਦੇ ਤੇ ਵੀ ਵਾਕਿਆ ਵੀ ਦੇਸ਼ ਭਗਤੀ ਦਾ ਜਜ਼ਬਾ ਉਹਨਾਂ 'ਚ ਸੀਗਾ, ਉਹ ਗੰਗਸਰ ਮੋਰਚਾ ਲੱਗਦਾ ਰਿਹਾ ਨਾ ਜੈਤੋਵਾਲੀ। ਜੈਤੋਵਾਲਾ ਹਾਂਜੀ। ਤੇ ਉਹਦੇ 'ਚ ਉਹ ਨਾ ਸਾਡੇ ਨਾਲ ਹੋਰ 5-4 ਬੰਦੇ ਜਾ ਕੇ ਤੇ ਉਹਦੇ 'ਚੋਂ ਗ੍ਰਿਫਤਾਰੀਆਂ ਦਿੰਦੇ ਰਹੇ। ਅੱਛਾ। ਤੇ ਉਹ ਲਿਖਾਰੀ ਸੀਗੇ। ਇਸੇ ਤਰ੍ਹਾਂ ਮੇਰੇ ਤਾਇਆ ਜੀ ਦੇ ਲੜਕੇ ਪ੍ਰੋਫੈਸਰ ਦਰਸ਼ਨ ਸਿੰਘ ਜੀ, ਮੇਰਾ ਵੱਡਾ ਭਰਾ ਮਾਸਟਰ ਨਕੀਸ ਸਿੰਘ, ਇਹ ਆਪਦੇ ਜਿਹੜੇ ਉਦੋਂ ਨਾ ਆਪਣਾ ਹੁਣ ਵੀ ਨਿਕਲਦੇ ਹੋਣਗੇ ਰਸਾਲੇ ਕੱਢਦੇ ਹੁੰਦੇ ਸੀ ਕਾਲਜਾਂ ਦੇ, ਸਹਿ ਸੁਭਾਵ ਬਣੀਆਂ ਹੁੰਦੀਆਂ ਜੀ, ਬਿਲਕੁਲ ਉਹਨਾਂ 'ਚ ਅਹੁਦੇਦਾਰ ਰਹੇ। ਉਦੋਂ ਬਾਅਦ ਫਿਰ ਮੈਂ ਇਸੇ ਤਰ੍ਹਾਂ ਮੈਂ ਸਨ ਅੱਸੀ ਕੱਲ ਕਿ ਤੁਹਾਡੇ ਖੂਨ 'ਚੋਂ ਗੱਲ ਕਿਤੇ ਨਾ ਕਿਤੇ ਆ ਗਈ ਹੈ ਨਾ। ਤੇ ਜੋ ਵੀ ਸਾਡੀਆਂ ਤਾਏ ਦੇ ਲੜਕੇ ਦੀਆਂ, ਮੇਰੇ ਭਰਾ ਦੀਆਂ, ਮੇਰੀਆਂ ਜੋ ਪਹਿਲੀਆਂ ਤੇ ਤੁਸੀਂ ਲਿਖਤਾਂ ਵੇਖੋ ਉਹਦੇ 'ਚ ਇਸ ਤਰ੍ਹਾਂ ਮਤਲਬ ਲਿਖਤਾਂ ਧਰਤੀਆਂ ਬਾਬਤ, ਜ਼ਿਮੀਂਦਾਰਾਂ ਬਾਬਤ, ਹੋਰ ਸਮੱਸਿਆ ਬਾਬਤ, ਇਸੇ ਤਰ੍ਹਾਂ ਸਾਡੀਆਂ ਇਹ ਕਰਤਾ ਜਾ ਰਹੇ। ਇੱਕ ਨਾ ਦਰਸ਼ਕੋ ਤੁਹਾਨੂੰ ਮੈਂ ਗੱਲ ਦੱਸਦਾ, ਕਲਾ 2 ਤਰ੍ਹਾਂ ਦੀ ਹੁੰਦੀ ਆ, ਕਲਾ ਕਲਾ ਲਈ ਤੇ ਕਲਾ ਮਨੋਰੰਜਨ ਲਈ ਹਨਾ। ਇੱਕ ਤਾਂ ਕਲਾ ਹੁੰਦੀ ਹੈ ਮਨੋਰੰਜਨ ਕਰਨ ਲਈ, ਪਰ ਸਹੀ ਕਲਾ ਉਹ ਆ ਜਦੋਂ ਲੋਕਾਂ ਦੀ ਗੱਲ ਨੂੰ ਅੱਗੇ ਰੱਖੇ, ਮੀਡੀਆ ਵੀ ਆ ਉਹ ਵੀ ਸਹੀ ਕਲਾ ਉਹ ਆ ਜੇ ਅਗਰ ਉਹ ਲੋਕਾਂ ਦੀ ਗੱਲ ਨੂੰ ਸਹੀ ਰੱਖਦਾ, ਕਿਉਂ ਜੀ ਵੇ ਆਵਾਜ਼ਾਂ ਦੀ ਆਵਾਜ਼ ਬਣਨਾ। ਬਾਈ ਜੀ ਹੁਣ ਇਹ ਕਲਮ ਦੇ ਨਾਲ ਵੀ ਲਿਖਦੇ ਨੇ ਤੇ ਉਦੋਂ ਉੱਤੇ ਕਹਿ ਲਓ ਕਿ ਸੋਨੇ ਤੇ ਸੁਹਾਗਣੀ ਗੱਲ ਇਹ ਹੈ ਕਿ ਤੁਸੀਂ ਆ ਪੱਥਰਾਂ ਦੇ ਰਾਹੀਂ ਵੀ, ਲੱਕੜਾਂ ਦੇ ਰਾਹੀਂ ਵੀ ਹਨਾ, ਲੱਕੜ ਨੀ ਕਹਿ ਸਕਦੇ ਮੈਨੂੰ ਤਾਂ ਲਫ਼ਜ਼ ਨੀ ਥਿਆਰੇ ਵੀ ਮੈਂ ਕਵਾਂ ਕੀ ਉਹਨੂੰ, ਤੇ ਉਹਦੇ ਰਾਹੀਂ ਵੀ ਤੁਸੀਂ ਸੰਦੇਸ਼ ਦਿੰਦੇ ਹੋ ਹਨਾ, ਤੇ ਬਾ ਕਮਾਲ ਆ। ਤੇ ਇਹਦੇ ਵਿੱਚੋਂ ਇੱਕ ਹੋਰ ਗੱਲ ਆ ਜਿਹੜੀ ਲੋਕ ਹੁਣ ਇਸ ਵਕਤ ਮਹਿਸੂਸ ਕਰ ਰਹੇ ਹੋਣਗੇ, ਘੱਟੋ ਘੱਟ ਹੁਣ ਲੋਕ ਨਾ ਅੱਧੇ ਤਾਂ ਨਹਿਰ ਤੇ ਉੱਠ ਜਾਣਾ, ਉਹ ਪੱਥਰ ਕੱਢਣਗੇ, ਮੈਂ ਆਪ ਜਾਊਂਗਾ ਦਰਸ਼ਕੋ ਨਹਿਰ ਤੇ ਜਾ ਕੇ ਨਾ ਪੱਥਰ ਕੱਢਣਗੇ ਤੇ ਸਕੈਚ ਚੱਕਣਗੇ ਬਣਾਉਣਗੇ, ਤੇ ਫਿਰ ਪਤਾ ਲੱਗੋ ਵੀ ਕਿੰਨੀ ਮਿਹਨਤ ਵਾਲੀ ਗੱਲ ਆ ਹਨਾ। ਤੇ ਤੁਸੀਂ ਫਿਰ ਮਤਲਬ ਜਵਾਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਹੋ? ਮੈਂ ਦੱਸਦਾ ਜੀ ਆਹ ਐਤਕੀ ਦੀ ਗੱਲ ਹੈ, ਆਹ ਜਦੋਂ ਮੈਂ 3 ਮਹੀਨੇ ਪਹਿਲਾਂ ਦੀ ਗੱਲ, ਮੇਰੇ ਉਹ ਛਿੱਟ ਪਾਏ ਨਾ ਆਪਣੇ ਤੇ ਸਾਹਮਣੇ ਦੇਖ ਕੇ ਜਿੱਥੇ ਮੇਰਾ ਸਮਾਨ ਹੁਣ ਲਾਇਆ ਗਿਆ, ਤੇ ਉਹਨਾਂ ਨੇ ਬੱਚੇ ਆ ਗਏ ਮਿਸਤਰੀ ਦੇ ਨਾਲ, ਉਹ ਮੇਰੀਆਂ ਕਲਾਕਾਰਤਾ ਵੇਖ ਕੇ ਤੇ ਉਹਨਾਂ ਨੇ ਬਹੁਤ ਸੋਹਣੀਆਂ ਲੱਗੀਆਂ। ਉਹਨਾਂ ਨੇ ਜਾਂਦਿਆਂ ਨੇ ਘਰੇ ਤੇ ਉਹ ਨਾ ਪੱਥਰ ਲੈ ਕੇ ਤੇ ਉਹਨਾਂ ਨੇ ਕਿੰਨੇ ਸਾਰੇ ਉਹਨਾਂ ਦੇ ਸਕੈਚ ਪਾ ਤੇ। ਜਦੋਂ ਮੈਨੂੰ ਅਖਬਾਰ ਮਿਲਿਆ ਮੈਂ ਉਹਦੇ ਕੋਲ ਜਾਣੇ ਸੀ ਬਾਈ ਕੋਲ ਜਦੋਂ ਲਾਕਡਾਊਨ ਆ ਗਿਆ, ਉਦੋਂ ਬਾਅਦ ਉਹ ਕਹਿੰਦੇ ਵੀ ਆਹ ਤੇਰੇ ਇਹ ਰੀਸ ਦੇ ਨਾਲ ਇਹਨਾਂ ਨੇ ਬਣਾਏ, ਤੇ ਮੈਨੂੰ ਬੜੇ ਚੰਗੇ ਲੱਗੇ। ਚਲੋ ਉਹਨਾਂ ਨੂੰ ਕਿਹੜਾ ਕੋਈ ਗਾਈਡ ਸੀਗੀ ਜਿੰਨੀ ਉਹਨਾਂ ਨੇ ਬਣਾਈ, ਮੈਂ ਉਹਨਾਂ ਨੂੰ ਸਪੈਸ਼ਲ ਨਾਮ ਵੀ ਦੇ ਕੇ ਆਇਆ, ਮੈਂ ਕਿਹਾ ਵੀ ਤੁਸੀਂ ਇਹ ਸ਼ੌਕ ਆ ਹੋਰ ਵਧਾਓ, ਜੇ ਤੁਹਾਨੂੰ ਕੋਈ ਦਿੱਕਤ ਪੈਂਦੀ ਤੁਸੀਂ ਮੇਰੇ ਕੋਲ ਆਓ।
ਹੁਣ ਵੀ ਮੇਰਾ ਇੱਕ ਹੈਗਾ ਵੀ ਜੇ ਕਿਸੇ ਨੇ ਇਸ ਤਰ੍ਹਾਂ ਕੋਈ ਸਿੱਖਣਾ ਇਹ ਆਰਟ ਹੈ, ਆਰਟ ਤੌਰ ਤੇ ਵੀ ਅਪਣਾ ਸਕਦੇ ਹੋ, ਰੁਜ਼ਗਾਰ ਤੌਰ ਤੇ ਬੱਚੇ ਨੂੰ ਅਪਣਾ ਸਕਦੇ ਹੋ, ਸਕੂਲਾਂ ਚ ਕਾਰਟ ਸਬਜੈਕਟ ਵੀ ਹੈ ਬਿਲਕੁਲ। ਉਹ ਮੈਂ ਆਪਦਾ ਟਾਈਮ ਕੱਢ ਕੇ ਉਹਨਾਂ ਨੂੰ ਫ੍ਰੀ, ਮਤਲਬ ਇਸ ਤਰ੍ਹਾਂ ਵੀ ਇਹਦੀ ਕੋਈ ਜਿੰਨੀ ਕੁ ਮੈਨੂੰ ਆਉਂਦੀ ਹੈ ਇਹਦੀ ਗਾਈਡ ਹੈਗੀ ਆ ਉਹਨੀ ਕੁ ਮੈਂ ਫ੍ਰੀ ਵੀ ਦੇਵਾਂਗਾ। ਕਦੇ ਸਕੂਲ ਵਾਲਿਆਂ ਨੇ ਨਹੀਂ ਅਪਰੋਚ ਕੀਤੀ ਤੁਹਾਡੇ ਕੋਲ ਵੀ ਸਾਡੇ ਸਕੂਲ ਚ ਤੁਸੀਂ ਐਜ਼ ਏ ਆਰਟ ਟੀਚਰ ਜੁਆਇਨ ਕਰੋ? ਨਹੀਂ ਇਸ ਤਰ੍ਹਾਂ ਦੀ ਨਹੀਂ ਆਈ ਜੀ, ਤੇ ਉਹ ਆਪਣਾ ਮੈਨੂੰ ਫੰਕਸ਼ਨਾਂ ਤੇ ਸਾਦੇ ਆ, ਸੱਭਿਆਚਾਰ ਵਿਰਸਾ ਉੱਥੇ ਲੈ ਕੇ ਜਾਈਦਾ, ਇਹ ਆਪਣਾ ਕਲਾਕਿਰਤਾਂ ਲੈ ਕੇ ਜਾਈਦੀ ਇੱਥੋਂ ਤੱਕ ਆ, ਪਰ ਇਸੇ ਤਰ੍ਹਾਂ ਦਾ ਕੋਈ ਹੈ ਨੀ ਗੀ। ਤੇ ਹੁਣ ਇਦੂ ਗਾ ਕੋਈ ਨੌਕਰੀ ਮੈਂ ਕਰ ਹਟਿਆ ਲਗਭਗ 30 ਸਾਲ ਦੇ ਨੇੜੇ, ਤੇ ਹੁਣ ਤਾਂ ਇਹ ਨੌਕਰੀ ਨਵੇਂ ਮੁੰਡਿਆਂ ਨੂੰ ਜਿਹੜੇ ਬੇਰੁਜ਼ਗਾਰ ਆ ਅਸਲ ਵਿੱਚ ਉਹਨਾਂ ਦਾ ਹੀ ਹੱਕ ਹੈ, ਤੇ ਹੁਣ ਅਸੀਂ ਕਹੀਏ ਵੀ ਸਾਨੂੰ ਇਸ ਤਰ੍ਹਾਂ ਹੋਰ ਨੌਕਰੀ ਮਿਲੇ ਤੇ ਉਹ ਤਾਂ ਗੱਲ ਮੇਰੇ ਵਾਸਤੇ ਠੀਕ ਨਹੀਂ ਲੱਗਦੀ। ਆਹ ਤੱਕ ਵੀ ਗੱਲ ਨਾ ਦਰਸ਼ਕੋ ਬਾਹਲੀ ਵੱਡੀ ਆ ਯਾਰ, ਮੈਂ ਦੇਖਦਾ ਹੁੰਦਾ ਵੀ ਨਾ ਕਈ ਬੰਦੇ ਨੌਕਰੀ ਇੱਕ ਘਰ ਫੜਨਗੇ, ਰਿਟਾਇਰ ਸਰਕਾਰ ਤੋਂ ਪੈਨਸ਼ਨ ਲੈ ਲਈ ਹੁੰਦੀ ਆ, ਦੂਰੀਆਂ ਹੀ ਫੇਰ ਇਹਦਾ ਤਿੰਨ ਤਿੰਨ ਵਾਲੇ ਵੀ ਹੋਣਗੇ, ਤੇ ਆਹ ਯਾਰ ਵੱਡੀ ਗੱਲ ਆ ਵੀ ਹਨਾ, ਆਉਣ ਵਾਲੀ ਪੀੜ੍ਹੀ ਤੋਂ ਵੀ ਕੁਛ ਨਾ ਕੁਛ ਮਿਲੇ ਹਨਾ, ਜ਼ਰੂਰੀ ਥੋੜ੍ਹਾ ਵੀ ਸਾਰੀਆਂ ਚੀਜ਼ਾਂ ਆਪਾਂ ਹੀ ਖਾ ਲੈਣੀਆਂ ਨਾ, ਲੋਕਾਂ ਨੂੰ ਵੰਡ ਛਕੋ ਵਾਲਾ ਇਹਦੇ ਵਿੱਚ ਵੀ ਕਨਸੈਪਟ ਲਾਗੂ ਹੁੰਦਾ ਗੁਰੂ ਨਾਨਕ ਸਾਹਿਬ ਦਾ। ਇਹ ਤੁਹਾਡੀ ਗੱਲ ਕਈਆਂ ਨੂੰ ਸ਼ਾਇਦ ਗੱਲ ਜਿਹਦੇ ਤੇ ਮਤਲਬ ਜਿਹਨਾਂ ਰੁਜ਼ਗਾਰ ਡਬਲ ਮਿਲਿਆ ਉਹਨੂੰ ਤਾਂ ਉੱਪਰ ਹੀ ਲੱਗੂਗੀ ਜੀ, ਪਰ ਸਰਕਾਰ ਕਈ ਨੌਕਰੀਆਂ ਇਹੋ ਜਿਹੀਆਂ ਕਰ ਦਿੰਦੀਆਂ ਜਿਹੜੀਆਂ ਨੌਕਰੀ ਤੋਂ ਬਾਅਦ ਫਿਰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀਆਂ ਦੇ ਜਾਂਦੇ। ਮੈਂ ਕਹਿੰਦੇ ਮੁੰਡੇ ਵੇਖੋ ਧਰਨੇ ਦਿੰਦੇ ਆ, ਕਿੰਨੀਆਂ ਇਹਨਾਂ ਦੇ ਕੁੱਟ ਪੈਂਦੀ ਆ ਜੀ, ਆਪਾਂ ਕਿੰਨੀਆਂ ਉਹਨਾਂ ਨੇ ਡਿਗਰੀਆਂ ਕੀਤੀਆਂ ਬਿਲਕੁਲ, ਤੇ ਉਹਨਾਂ ਨੂੰ ਪਹਿਲ ਚਾਹੀਦੀ ਹੈ। ਜੇ ਆਪਾਂ ਕਹਿੰਦੇ ਵੀ ਉਹਨਾਂ ਨੂੰ ਨੌਕਰੀ ਦਾ ਤਰੀਕਾ ਨਹੀਂ ਜਾਂ ਉਹ ਕਿਸੇ ਤਰ੍ਹਾਂ ਸਿਕਿਉਰਿਟੀ ਨਹੀਂ ਦੇ ਸਕਦੇ ਵੀ ਉਹਨਾਂ ਕੋਲ ਇੰਨਾ ਤਰੀਕਾ ਨਹੀਂ, ਤੇ ਸਿੱਖਿਅਤ ਕਰਨ ਬਿਲਕੁਲ ਜੀ। ਹਾਂ ਜਿਹੜੇ ਜਿਹੜੇ ਹੁਣ ਆਪਾਂ ਕਹਿੰਦੇ ਵੀ ਇਹਨੂੰ ਤਰੀਕਾ ਜਾਂ ਕੋਈ ਕਲਰਕ ਹੋਇਆ ਵੀ ਆਪਾਂ ਦੂਜੇ ਕਹਿੰਦੇ ਵੀ ਇਹਨੂੰ ਕਲਰਕੀ ਦਾ ਤਰੀਕਾ ਜਾਂ ਆਪਾਂ ਮੇਨ ਇੱਕ ਤੁਹਾਨੂੰ ਉਦਾਹਰਣ ਨਹੀਂ ਦੇਣਾ ਜੀ, ਤੇ ਜਿਹੜੇ ਨਵੇਂ ਮੁੰਡੇ ਡਿਗਰੀਆਂ ਕੀਤੀਆਂ ਕੀ ਗੱਲ ਉਹ ਆਪਣਾ ਕਰ ਨਹੀਂ ਸਕਦੇ, ਕੰਪਿਊਟਰ ਦਾ ਕਰ ਨਹੀਂ ਸਕਦੇ ਜਾਂ ਐਕਸਪਰਟ ਨਹੀਂ ਜ਼ਿਆਦਾ ਨਹੀਂ ਕਰ ਸਕਦੇ, ਗਵਰਨਮੈਂਟ ਉਹਨਾਂ ਨੂੰ ਤਿਆਰ ਕਰੇ ਜੀ, ਰੱਜੇ ਨੂੰ ਰਜਾ ਰਹੀ ਆ। ਹਾਂਜੀ ਹਾਂ, ਜਿਹਨੂੰ ਹੁਣ ਉਹਨਾਂ ਨੇ ਵੇਖੋ ਪਹਿਲਾਂ ਪੈਨਸ਼ਨ ਦਿੱਤੀ ਆ, ਫਿਰ ਅਗਾਂ ਪਹਿਲਾਂ ਉਹਨੇ ਨੌਕਰੀ ਕੀਤੀ ਤਨਖਾਹ ਮਿਲੀ, ਫਿਰ ਉਹਨੂੰ ਉਹਦੇ ਗੁਜ਼ਾਰੇ ਜੋਗੀ ਪਰਿਵਾਰ ਜੋਗੀ ਵਧੀਆ ਪੈਨਸ਼ਨ ਜੀ, ਤੇ ਅੱਗੇ ਫਿਰ ਕਿੰਨੇ ਬੇਰੁਜ਼ਗਾਰ ਫਿਰਦੇ ਆ ਤੇ ਉਹਨਾਂ ਨੂੰ ਨੌਕਰੀ ਚਾਹੀਦੀ ਹੈ। ਮੇਰਾ ਤਾਂ ਇਹ ਆ ਚਲੋ, ਆਪਾਂ ਫਿਰ ਵਾਪਸ ਵਿਸ਼ੇ ਵੱਲ ਆਈਏ, ਜਿਵੇਂ ਤੁਸੀਂ ਇਹ ਬਣਾਇਆ ਨਮੂਨਾ ਮੈਂ ਚੱਕ ਦੇਖ ਸਕਦਾ ਜੀ? ਹਾਂਜੀ ਹਾਂ, ਤੇ ਮਤਲਬ ਇਹ ਜੇ ਨਮੂਨੇ ਬਣਾਉਣ ਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਜੀ ਤੁਹਾਨੂੰ? ਇਹ ਸਮਾਂ ਤਾਂ ਇਹ ਤੇ ਤਾਂ ਹੁਣ ਜਿਵੇਂ ਕਹਿੰਦੇ ਵੀ ਦਿਹਾੜੀ ਚ ਬਣ ਗਿਆ ਜੀ, ਇੱਕ ਦਿਹਾੜੀ ਚ ਬਣ ਗਿਆ, ਤੇ ਸ਼ਾਇਰੀ ਵੀ ਬਾਈ ਜੀ ਉਹਨਾਂ ਨੇ ਅੰਕਲ ਜੀ ਉਹਨਾਂ ਨੇ ਖੁਦ ਹੀ ਲਿਖਿਆ, ਪੱਥਰਾਂ ਵਿੱਚੋਂ ਜ਼ਿੰਦਗੀ ਲੱਭਦਾ ਆਪਣਾ ਵਕਤ ਲੰਘਾਵਾਂ ਮੈਂ, ਲੋਕੀ ਕਹਿੰਦੇ ਸ਼ੌਕ ਪਾਲਦਾ ਜਦ ਤਸਵੀਰ ਬਣਾਵਾਂ ਮੈਂ, ਸ਼ੌਕ ਦੱਸਦੇ ਪਰ ਇਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਇਨਕਲਾਬ ਵੀ ਆ ਕਿਤੇ ਨਾ ਕਿਤੇ, ਤਸਵੀਰਾਂ ਦੇ ਰਾਹੀਂ ਪੱਥਰਾਂ ਦੇ ਰਾਹੀਂ ਜੋ ਆਪਦੀ ਹੈ ਨਾ ਕਿਉਂਕਿ ਅੰਦਰਲੀ ਦੁਨੀਆਂ ਨੂੰ ਬਿਆਨ ਕਰ ਰਹੇ ਹੋ ਤੁਸੀਂ ਹੈ ਨਾ, ਤੇ ਕਈ ਵਾਰ ਮੈਨੂੰ ਨਾ ਪੱਥਰ ਹੁੰਦਾ ਤੇ ਮੇਰੀ ਉਹ ਸੰਤੁਸ਼ਟੀ ਹੁੰਦੀ ਮੈਂ ਤੇ ਆਹੀ ਬਣਾਵਾਂ ਕਿ ਹੋਰ ਬਣਾਵਾਂ ਜੀ, ਕਈ ਵਾਰ ਉਹਨੂੰ ਮੈਨੂੰ ਧਿਆਨ ਦੇ ਵਿੱਚ ਕਰਦਿਆਂ ਕਰਦਿਆਂ 2-3 ਦਿਨ ਉਹਦੇ ਤੇ ਲਗਾਤਾਰ ਧਿਆਨ ਦੇਣ ਨਾਲ 2-3 ਦਿਨ ਇਸ ਤਰ੍ਹਾਂ ਹੋਰ ਵੀ ਲੰਘ ਜਾਂਦੇ, ਵਿਸ਼ਾ ਨੂੰ ਸਮਝਦੇ ਨੂੰ। ਹਾਂਜੀ ਸਮਝਦੇ ਨੂੰ, ਠੀਕ ਆ, ਫਿਰ ਜਦੋਂ ਮੇਰਾ ਪੂਰਾ ਸਮਝ ਆਵੇ ਫਿਰ ਮੇਰਾ ਬਣਾਉਣ ਨੂੰ ਜੀ ਕਰਦਾ ਵੀ ਉਹ ਐਨ ਵੀ ਅਗੜਾ ਥੋੜਾ ਲੀਕ ਦੀਏ ਤੇ ਮੇਰਾ ਫਿਰ ਉਹ ਸੰਤੁਸ਼ਟੀ ਜੀ ਨਹੀਂ ਹੁੰਦੀ, ਮਤਲਬ ਰੂਹ ਨਾਲ ਜਿੰਨਾ ਵੀ ਤੁਸੀਂ ਕੰਮ ਕੀਤਾ ਸਰ ਆਪ ਹੀ ਕੀਤਾ ਹੱਥੀਂ? ਹਾਂ ਇਹ ਸਾਰਾ ਮੇਰਾ ਕੰਮ ਆਪ ਹੈ, ਕੋਈ ਵੀ ਆਰਟੀਫੀਸ਼ੀਅਲ ਨਹੀਂ ਇਹਦੇ ਵਿੱਚ, ਮਤਲਬ ਜਾਂ ਕਈ ਹੁੰਦੇ ਬਾਜ਼ਾਰੋਂ ਲਿਆ ਕੇ 12 ਸਿੰਗਾ ਜਾਂ ਟੰਗ ਦਿੰਦੇ, ਨਹੀਂ ਸਾਰਾ ਆਉਂਦਾ ਤੁਹਾਡਾ ਆਉਂਦਾ ਜੀ, ਤੇ ਇਹਦੇ ਵਿੱਚੋਂ ਬਾਬਾ ਜੀ ਅੰਕਲ ਜੀ ਗੱਲ ਇਹ ਆ ਵੀ ਜੇ ਕਿਸੇ ਨੇ ਚਾਹੁੰਦਾ ਹੋਵੇ ਬਣਾਉਣਾ ਸੋ ਉੱਥੋਂ ਵੀ ਘਰ ਚ ਰੱਖਣ ਨੂੰ ਹੋ ਸਕਦਾ, ਦਰਸ਼ਕਾਂ ਦੇ ਵਿੱਚ ਹੋਣੀ ਯਾਰ ਅਸੀਂ ਡਰਾਇੰਗ ਰੂਮ ਦੀ ਸ਼ਾਨ ਵਧਾਉਣ ਦੇ ਲਈ ਪਰ ਅਗਲੇ ਵਾਸਤੇ ਤਾਂ ਇਹ ਚੀਜ਼ ਹੈ ਨੀ ਨਾ ਦੇਖਣ ਵਾਸਤੇ ਜਿਹਨਾਂ ਨੇ ਮੇਰੇ ਕੋਲ ਏਡੀ ਦੂਰੋਂ ਚੱਲ ਕੇ ਆਉਣਾ। ਫਿਰ ਜਿਹੜੀ ਪੇਂਟਿੰਗ ਹੈ
ਉਹ ਤਾਂ ਮੈਂ ਜੇ ਜੋ ਵੀ ਪੇਂਟ ਬਣਾਉਂਦਾ ਉਹ ਤਾਂ ਇੱਕ ਦੀ ਦੋ ਵੀ ਬਣਾ ਦਿਓ, ਦੋ ਦੀ ਚਾਰ ਵੀ ਬਣਾ ਦਿਓ, ਪਰ ਇਹ ਕੁਦਰਤੀ ਲੱਕੜ ਤਾਂ ਮੈਨੂੰ ਇੱਕ ਵਾਰ ਹੀ ਮਿਲਣੀ, ਉਹ ਇੱਕ ਵਾਰੀ ਮਿਲਣੀ, ਹਾਂ ਹਾਂ, ਤੇ ਇਹ ਲੱਕੜ ਤਾਂ ਮੈਨੂੰ ਦੁਬਾਰਾ ਉਸੇ ਤਰ੍ਹਾਂ ਕੁਦਰਤੀ ਜਾਂ ਪੱਥਰ ਤਾਂ ਉਹ ਜਾਂ ਮਿਲਣਾ, ਫਿਰ ਇਹ ਜਾਣੀ ਮੈਂ ਕਿਸੇ ਨੂੰ ਮਤਲਬ ਦਿੱਤੀਆਂ ਨੀ ਜਾਂਦੀਆਂ, ਕਿਉਂਕਿ ਮੇਰਾ ਜੇ ਸੁਪਨਾ ਬਹੁਤ ਵੱਡਾ, ਮੈਂ ਇੰਨੇ ਕੁ ਤੇ ਸੰਤੁਸ਼ਟ ਨਹੀਂ ਹੈਗਾ ਜੀ, ਤੇ ਮੈਂ ਤੂੰ ਹੋਰ ਇੱਥੇ ਕਮਰੇ ਪਾ ਕੇ ਬਾਹਰਲੇ ਘਰੇ ਵੀ ਮੈਂ ਕੰਮ ਵਧਾਈ ਜਾਂਦਾ ਜੀ, ਤੇ ਇਹ ਇੱਕ ਪਰਿਵਾਰ ਦੇ ਜਾਂ ਇਕੱਲੇ ਪਿੰਡ ਲੈਵਲ ਤੇ ਨਹੀਂ, ਮੇਰਾ ਜੇ ਪਰਮਾਤਮਾ ਨੇ ਕਿਰਪਾ ਕੀਤੀ ਜ਼ਿੰਦਗੀ ਰਹੀ ਤਾਂ ਮੇਰੇ ਸੁਪਨੇ ਪੂਰੇ ਹੋਏ ਤਾਂ ਜੀ, ਇਹ ਮੈਂ ਜਿਵੇਂ ਆਪਾਂ ਕਹਿੰਦੇ ਇਲਾਕੇ ਪੱਧਰ ਤੇ ਜਾਂ ਇਦੋਂ ਵੀ ਜ਼ਿਆਦਾ ਜਾਂ ਪੰਜਾਬ ਪੱਧਰ ਤੇ ਵੀ ਮੇਰਾ ਲੱਗਦਾ ਕੋਈ ਇਸ ਤਰ੍ਹਾਂ ਚੀਜ਼ ਬਣੇ ਜੀ, ਤੇ ਜਾਣੀ ਜਿਹਨੂੰ ਵੱਧ ਲੋਕੀ ਵੇਖਣ ਹੁਣ, ਤੇ ਚਲੋ ਲੈ ਤਾਂ ਜਾਣਗੇ ਤਾਂ ਇੱਕ ਡਰਾਈਵਰ ਨੂੰ ਇੱਕ ਦੇ ਉਹ ਜਸਟ ਉਹਨਾਂ ਦੀ ਹੋਰ ਪੱਖ ਤੋਂ ਲੈ ਕੇ ਜਾਣਗੇ ਹਨਾ, ਜਿਵੇਂ ਦਿਖਾਉਣ ਦੇ ਪੱਖ ਤੋਂ, ਪਰ ਤੁਸੀਂ ਰੂਹ ਦੇ ਪੱਖ ਦੀ ਗੱਲ ਕਰਦੇ ਹੋ ਹਨਾ, ਤੇ ਲਾਜ਼ਮੀ ਮੈਨੂੰ ਲੱਗਦਾ ਵੀ ਤੁਸੀਂ ਕਾਮਯਾਬ ਵੀ ਲਾਜ਼ਮੀ ਹੋਵੋਗੇ। ਦਰਸ਼ਕੋ ਤੁਹਾਡਾ ਫਰਜ਼ ਬਣਦਾ ਯਾਰ ਇਹੋ ਜਿਹੇ ਕਲਾ ਵਾਲੇ ਹੋਰ ਵੀ ਬੰਦੇ ਹੋਣਗੇ, ਅੰਕਲ ਜੀ ਤਾਂ ਹੈ ਹੀ ਹੈ, ਵੀ ਪ੍ਰਮੋਟ ਕਰੀਏ ਆਪਾਂ ਵੱਧ ਤੋਂ ਵੱਧ ਹਨਾ, ਕਈ ਵਾਰੀ ਆਪਾਂ ਕਹਿੰਦੇ ਨੇ ਵੀ ਯਾਰ ਮਾੜੀ ਚੀਜ਼ ਨੂੰ ਵੱਧ ਪ੍ਰਮੋਟ ਕਰ ਰਹੇ ਹੋ, ਤੇ ਚੰਗੀ ਚੀਜ਼ ਹੈਗੀ ਤੇ ਫਿਰ ਉਹਨੂੰ ਉਦੋਂ ਵੱਧ ਪ੍ਰਮੋਟ ਕਰੋਗੇ, ਕਿਉਂ ਜੀ? ਹਾਂਜੀ, ਤੇ ਇਹ ਤੁਸੀਂ ਕਿਹੜੇ ਕਿਹੜੇ ਵਿਸ਼ੇ ਚੁਣੇ ਆ ਜੀ ਫਿਰ ਪੱਥਰ ਔਰ ਲੱਕੜ ਦੇ ਵਿੱਚ? ਵਿਸ਼ਾ ਕੋਈ ਵੀ ਹੋਵੇ, ਜਿਵੇਂ ਤੁਹਾਨੂੰ ਤੁਸੀਂ ਤੁਹਾਡਾ ਫੇਵਰੇਟ ਵਿਸ਼ਾ ਕਿਹੜਾ? ਹਾਂਜੀ, ਮੇਰੇ ਵਿਸ਼ੇ ਜਿਹੜੇ ਨਾ ਮਾੜੇ ਤੇ ਹਾਲਤ ਤਾਂ ਦਿਨੋ ਦਿਨ ਵੱਧ ਤੋਂ ਵੱਧ ਹੁੰਦੀ ਜਾਂਦੀ ਹੈ ਜੀ, ਤਕੜਾ ਤਕੜੇ ਤੋਂ ਤਕੜਾ ਹੋਈ ਜਾਂਦਾ, ਉਹ ਮਾੜੇ ਦੇ ਹੱਕ ਹੋਰ ਖੋਈ ਜਾਂਦਾ, ਜਿੰਨਾ ਤਕੜਾ ਜਾਂਦਾ ਹੋਰ ਖੋਈ ਜਾਂਦਾ ਜੀ। ਮੇਰੀ ਇਹੀ ਹੈ ਵੀ ਹਰ ਇੱਕ ਨੂੰ ਆਪਦਾ ਹੱਕ ਮਿਲੇ, ਹਰ ਇੱਕ ਵਧੀਆ ਜ਼ਿੰਦਗੀ ਜਿਉਵੇ, ਇਹ ਨਹੀਂ ਵੀ ਤਕੜਾ ਤਾਂ ਬਹੁਤ ਜ਼ਿਆਦਾ ਪੀੜ੍ਹੀਆਂ ਦਾ ਜੁੜ ਜਾਵੇ ਤੇ ਮਾੜੇ ਨੂੰ ਆਪਦੇ ਤਾਂਟੇ ਤੇ ਖਾਣ ਦਾ ਵੀ ਨਾ ਹੋਵੇ ਜੀ, ਹਾਂ, ਚਾਹੇ ਉਹ ਜਾਨਵਰ ਹੈ ਚਾਹੇ ਕੋਈ ਜੋਰਾਵਾਰ ਹੈ ਚਾਹੇ ਇਨਸਾਨ ਚਾਹੇ ਕਿਸੇ ਤਰ੍ਹਾਂ ਵੀ ਬਰਾਬਰਤਾ ਦੀ ਗੱਲ ਆ। ਹਾਂਜੀ ਹਾਂ, ਤੇ ਇੱਕ ਜੋ ਹੈਗਾ ਵੇਖੋ ਤੁਸੀਂ ਅੱਜ ਕੱਲ ਮਾਨਸਿਕ ਤੌਰ ਤੇ ਲੋਕ ਇੰਨੇ ਕਮਜ਼ੋਰ ਹੋਏ ਆ, ਮਾੜਾ ਬਿਮਾਰ ਹੁੰਦਾ ਉਹਨੂੰ ਕੋਈ ਕਹਿੰਦਾ ਵੀ ਉੱਥੇ ਸੰਤ ਹੈ ਉਹ ਝਾੜ ਫੂਕ ਕਰਦੇ ਆ, ਮੇਰੇ ਉੱਤੇ ਵਿਸ਼ੇ ਤੇ ਤੁਹਾਨੂੰ ਬਿਲਕੁਲ ਵੀ ਉਹਨੂੰ ਕਹਿੰਦੇ ਤੁਸੀਂ ਇੱਥੇ 500 ਦਾ 1000 ਦਾ 2500 ਦਾ ਚੜਾਵਾ ਚੜਾ ਜਾਓ, ਵੇਖੋ ਉਹਨੂੰ ਉੱਧਰ ਨੀ ਪ੍ਰੇਰਦੇ ਵੀ ਤੁਸੀਂ ਵਧੀਆ ਡਾਕਟਰ ਤੋਂ ਇਲਾਜ ਕਰਾ ਲਓ, ਜੇ ਤੁਹਾਡੇ ਕੋਲ ਪੈਸੇ ਥੋੜੇ ਚਲੋ ਸਾਡੇ ਕੋਲ ਵੱਧ ਅਸੀਂ ਤੁਹਾਨੂੰ ਕੋਈ ਮਦਦ ਕਰ ਦਿੰਦਾ ਜੀ ਜੀ, ਸਗੋਂ ਜਿਹੜੇ ਉਹਨਾਂ ਨੇ ਇਕੱਠੇ ਕੀਤੇ ਉਹ ਵੀ ਝਾੜ ਫੂਕ ਤੇ ਲਵਾਉਂਦੇ, ਇਹ ਮੈਨੂੰ ਬੜਾ ਮਤਲਬ ਮਨ ਨੂੰ ਚੋਭਦੀ ਗੱਲ। ਬਿਲਕੁਲ, ਇਹ ਕਹੋ ਕਿ ਉਦਾਸੀਨਤਾ ਸਾਡੇ ਸਮਾਜ ਦੀ, ਜਾਂ ਕਹੋ ਕਿ ਉਹ ਗੁਰੂ ਨਾਨਕ ਸਾਹਿਬ ਵਾਲਾ ਸੰਦੇਸ਼ ਕਿਤੇ ਨਾ ਕਿਤੇ ਰੋਲਤਾ ਉਹਨਾਂ ਨੇ ਹਨਾ, ਸਾਂਝੀ ਵਾਲਤ ਵਾਲੀ ਗੱਲ ਜੀ ਖਤਮ ਹੁੰਦੀ ਜਾ ਰਹੀ ਹੈ, ਤੁਸੀਂ ਚਾਹੁੰਦੇ ਵੀ ਉਹ ਫਿਰ ਉੱਭਰ ਕੇ ਸਾਹਮਣੇ ਆਵੇ, ਭਾਈਚਾਰਾ ਸਾਡਾ ਜੋ ਪਖੰਡਵਾਦ ਉਹ ਖਤਮ ਹੋਵੇ, ਤੁਹਾਡੀਆਂ ਉਹ ਰਚਨਾਵਾਂ ਦੇ ਵਿੱਚੋਂ ਵੀ ਨਜ਼ਰ ਆਉਂਦਾ ਤੇ ਤੁਹਾਡੀਆਂ ਕਲਾ ਕਿਰਤੀਆਂ 'ਚ। ਤੇ ਆਖਰ ਤੇ ਤੁਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਬਸ ਇਹੀ ਹੈ ਵੀ ਇੱਕ ਤਾਂ ਜਿਹੜੇ ਆਹ ਹੈਗੇ ਨਾ ਅੰਧ ਵਿਸ਼ਵਾਸ, ਇਹਨਾਂ ਤੋਂ ਬਚੋ ਜੀ। ਮੈਂ ਤਾਂ ਵੇਖਿਆ ਡੇਰਾਵਾਦ ਤੇ ਅੰਧ ਵਿਸ਼ਵਾਸ ਝਾੜ ਫੂਕ ਤੇ ਨੌਜਵਾਨ ਮੁੰਡੇ ਜਦੋਂ ਪੜ੍ਹੇ ਲਿਖੇ ਵੀ ਉੱਥੇ ਪਰਿਵਾਰ ਨੂੰ ਲੈ ਕੇ ਜਾਂਦੇ ਆ ਤੇ ਉਦੋਂ ਬਹੁਤ ਦੁੱਖ ਹੁੰਦਾ। ਚਲੋ ਅਨਪੜ੍ਹ ਲੋਕ ਕੁਛ ਇਸ ਤਰ੍ਹਾਂ ਹੁਣ ਤਾਂ ਸਾਖਰਤਾ ਜ਼ਿਆਦਾ ਹੋ ਗਈ ਆ, ਪਰ ਫਿਰ ਵੀ ਜਿਹੜਾ ਮਜ਼ਬੂਰ ਬੰਦਾ ਬਿਮਾਰ ਹੁੰਦਾ ਉਹਨੂੰ ਉਹੀ ਪਾਸਾ ਚੰਗਾ ਲੱਗਣ ਜਾਂਦੀ ਹੈ ਪੈਰੀ, ਪਰ ਉਹ ਪਰਿਵਾਰ ਵਿੱਚ ਜਿਹੜੇ ਪੜ੍ਹੇ ਲਿਖੇ ਉਹਨੂੰ ਟੋਕਣਾ ਚਾਹੀਦਾ, ਚੁੱਕਣਾ ਚਾਹੀਦਾ, ਆਣ ਬਾਣ ਨੂੰ ਕੋਈ ਮਤਲਬ ਸਿੱਧੀ ਸੇਧ ਦੇਣੀ ਚਾਹੀਦੀ ਹੈ, ਪਰ ਗੱਲ ਪੈਂਦੇ ਲੋਕ ਅੱਜ ਕੱਲ ਹਨ ਕਿਹਨੂੰ ਮੱਤ ਦੇਣਗੇ। ਹਾਂਜੀ, ਇਹ ਤਾਂ ਹੈ, ਤੇ ਇੱਕ ਵੱਡਾ ਇਹ ਆ ਵੀ ਬਜ਼ੁਰਗਾਂ ਦਾ ਸਤਿਕਾਰ ਹੋਣਾ ਚਾਹੀਦਾ ਜੀ, ਬੱਚਿਆਂ ਦਾ ਪਿਆਰ ਹੋਣਾ ਚਾਹੀਦਾ, ਜੇ ਕੋਈ ਪੜ੍ਹਾਈ ਵੱਲੋਂ ਪੱਖੋਂ ਗਰੀਬ ਬੱਚਾ ਉਹ ਮਜ਼ਦੂਰੀ ਕਰਦਾ ਤਾਂ ਨਹੀਂ ਉਹਨੂੰ ਪੁੰਨ ਦਾਨ ਹੋਰ ਪਾਸੇ ਕਿਸੇ ਤਰ੍ਹਾਂ ਕਰਨ ਨਾਲੋਂ ਤੇ ਉਹਦੀ ਮਦਦ ਕਰੋ, ਇਸ ਤਰ੍ਹਾਂ ਹਰ ਇੱਕ ਨੂੰ ਮੌਕਾ ਮਿਲੇ ਤੇ ਬਰਾਬਰਤਾ ਦਾ ਸੰਦੇਸ਼ ਮਿਲੇ। ਸੋ ਅੰਕਲ ਜੀ ਤੁਹਾਡਾ ਧੰਨਵਾਦ ਹੈ ਨਾ, ਯਕੀਨਨ ਸਾਡੇ ਦਰਸ਼ਕਾਂ ਨੂੰ ਵੀ ਗੱਲਾਂ ਵਧੀਆ ਲੱਗੀਆਂ ਹੋਣਗੀਆਂ, ਤੇ ਨਵਾਂ ਆਰਟ ਵੀ ਉਹ ਘਰੇ ਦਰਸ਼ਕੋ ਅੰਕਲ ਜੀ ਹੁਣਾਂ ਨੇ ਨਾ ਗਮਲੇ ਵੀ ਬਣਾਏ ਆ ਨਾ, ਤੇ ਪੁਰਾਣੀ ਵੇਸਟ ਨੂੰ ਕੱਟ ਕੇ ਜਿਵੇਂ ਚੰਡੀਗੜ੍ਹ 'ਚ ਰੌਕ ਗਾਰਡਨ ਸੁਣਦੇ ਆ, ਉਹਨੂੰ ਵਾਧੂ ਚੀਜ਼ਾਂ ਨੂੰ ਕੱਟ ਵੱਢ ਕੇ ਡੈਕੋਰੇਸ਼ਨ ਕਰਕੇ ਬਣਾਇਆ, ਤੇ ਤੁਸੀਂ ਵੀ ਵਾਧੂ ਚੀਜ਼ਾਂ ਜੋ ਵੇਸਟੇਜ ਦਾ ਸਾਡਾ ਹਨਾ ਉਹਨੂੰ ਵਧੀਆ ਤਰੀਕੇ ਨਾਲ ਯੂਜ਼ ਕਰਕੇ ਘਰ ਨੂੰ ਖੂਬਸੂਰਤ ਬਣਾ ਸਕਦੇ ਹੋ, ਤੁਸੀਂ ਵੀ ਕਰ ਸਕਦੇ ਹੋ, ਹਰ ਕੋਈ ਬੰਦਾ ਕਿਉਂ ਜੀ ਕਰ ਸਕਦਾ। ਸੋ ਅੰਕਲ ਜੀ ਤੁਹਾਡਾ ਧੰਨਵਾਦ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ।